हाँ जी A few moments later. ਸਤਿ ਸ਼੍ਰੀ ਅਕਾਲ ਭਾਜੀ। ਅੱਜ ਅਸੀਂ ਡੀਕੋ ਖਰੜ ਦੀ ਬ੍ਰਾਂਚ ਤੋਂ ਇੱਕ ਗੱਡੀ ਆਈ ਸੀ ਸਾਡੇ ਕੋਲ ਸਵਿਫਟ ਡਿਜ਼ਾਇਰ, ਕਿੱਥੋਂ ਭਾਈ? ਖਮਾਣੋ ਤੋਂ। ਇਹ ਦੇਖ ਲਓ ਇੱਕ ਵਾਰੀ, ਇੱਕ 1,63,570 ਕਿਲੋਮੀਟਰ ਚੱਲ ਚੁੱਕੀ ਹੈ। ਅਤੇ ਭਾਜੀ ਸਾਡੇ ਕੋਲ ਆਏ ਸੀਗੇ, ਹੈਵੀ ਸਮੋਕ ਦੀ ਪ੍ਰੋਬਲਮ ਸੀਗੀ, ਪਿਕਅਪ ਦੀ ਪ੍ਰੋਬਲਮ ਸੀਗੀ। ਅਤੇ ਦੱਸੋ ਭਾਜੀ, ਕਿਵੇਂ ਲੱਗਿਆ ਅੱਜ ਦਾ, ਤੁਸੀਂ ਉਰੇ ਆਏ ਕਿਉਂ ਆਏ ਅਤੇ ਕਿਵੇਂ ਦਾ ਪਰਫੋਰਮੈਂਸ ਆ ਗੱਡੀ ਦੀ ਹੁਣ? ਸਾਡੇ ਵੀਰ ਜੀ, ਗੱਡੀ ਬਲੈਕ ਸਮੋਕ ਵੀ ਕਰਦੀ ਬਹੁਤ ਜ਼ਿਆਦਾ ਜੀ, ਇਸ ਕਰਕੇ ਅਸੀਂ ਤੁਹਾਨੂੰ ਕਾਲ ਕਰਕੇ ਉਰੇ ਆਏ ਤੇ ਜੀ, ਅਤੇ ਹੁਣ ਬਿਲਕੁਲ ਇਹ ਬੰਦ ਹੋ ਗਈ। ਅਤੇ ਆਪਾਂ ਭਾਅ ਜੀ ਤੋਂ ਇੱਕ ਟੈਸਟ ਡਰਾਈਵ ਵੀ ਲਵਾਂਗੇ, ਇੱਕ ਟੈਸਟ ਡਰਾਈਵ ਤੋਂ ਬਾਅਦ ਵੀ ਭਾਅ ਜੀ ਨਾਲ ਇੱਕ ਵਾਰੀ ਆਪਾਂ ਦੁਬਾਰ 'ਤੇ ਔਨਲਾਈਨ ਹੋਵਾਂਗੇ ਅਤੇ ਪੁੱਛਾਂਗੇ ਕਿ ਉਹਨਾਂ ਨੂੰ ਪਿਕਅਪ ਦੇ ਵਿੱਚ ਜਾਂ ਫਿਰ ਗੱਡੀ ਦੀ ਜਿਹੜਾ ਸਾਊਂਡ ਦੇ ਵਿੱਚ, ਨੋਕਿੰਗ ਦੇ ਵਿੱਚ ਕੀ ਡਿਫਰੈਂਸ ਹੋਇਆ। ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ, ਅਸੀਂ ਦੁਬਾਰਾ ਆ ਗਏ ਹਾਂ। ਹੁਣੇ ਹੁਣੇ ਭਾਅ ਜੀ ਇੱਕ ਟੈਸਟ ਡਰਾਈਵ ਲੈ ਕੇ ਆਏ ਹਾਂ ਅਤੇ ਦੱਸਣਗੇ ਕਿ ਟੈਸਟ ਡਰਾਈਵ ਦੇ ਵਿੱਚ ਉਹਨਾਂ ਨੂੰ ਗੱਡੀ ਦੀ ਪਰਫੋਰਮੈਂਸ ਦੇ ਵਿੱਚ ਕੀ ਫਰਕ ਲੱਗਿਆ। ਹਾਂਜੀ ਭਾਅ ਜੀ ਦੱਸੋ। ਹਾਂਜੀ ਵੀਰ ਜੀ, ਗੱਡੀ ਦੀ ਪਿਕਅਪ ਦਾ ਵੀ ਬਹੁਤ ਫਰਕ ਹੈ ਅਤੇ ਆਵਾਜ਼ ਦਾ, ਇੰਜਣ ਦਾ ਬਹੁਤ ਫਰਕ ਪੈ ਗਿਆ ਜੀ। ਗੱਡੀ ਬਹੁਤ ਜ਼ਿਆਦਾ ਵਧੀਆ ਚੱਲਦੀ ਹੈ ਜੀ, ਕੋਈ ਧੂੰਆਂ ਧਾਂ ਨਹੀਂ ਹੋਣਾ, ਇਹਨੂੰ ਬਿਲਕੁਲ ਓਕੇ। ਅਤੇ ਭਾਅ ਜੀ ਤੁਸੀਂ ਸਾਡੀ ਸਰਵਿਸ ਬਾਰੇ ਕੀ ਕਹਿਣਾ ਚਾਹੋਗੇ, ਵੀ ਅਸੀਂ ਸਰਵਿਸ ਮਿਲ ਗਈ ਉਰੇ ਜਿਹੜੇ ਬੰਦੇ ਸੀਗੇ ਡੀਕੋ ਖਰੜ ਦੇ, ਉਹਨਾਂ ਨੇ ਕਿਵੇਂ ਤੁਹਾਨੂੰ ਮਿਲ ਕੇ ਹੈਂਡਲ ਕੀਤਾ, ਕੀ ਕੁਝ ਕੀਤਾ? ਸਰਵਿਸ ਵੀਰ ਜੀ ਬਹੁਤ ਵਧੀਆ ਜੀ, ਬਹੁਤ ਵਧੀਆ ਬੰਦੇ ਆ ਜੀ ਤੁਹਾਡੇ, ਐਨ ਵਧੀਆ ਗੁੱਡ ਸਰਵਿਸ ਹੈ। ਓਕੇ ਵੀਰ ਜੀ, ਥੈਂਕ ਯੂ ਜੀ। ਅਤੇ ਜਿਵੇਂ ਤੁਸੀਂ ਹੁਣ ਦੇਖ ਰਹੇ ਹੋ ਭਾਅ ਜੀ ਦੀ ਗੱਡੀ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ, ਅਤੇ ਪਹਿਲਾਂ ਬਹੁਤ ਜ਼ਿਆਦਾ ਬਲੈਕ ਸਮੋਕ ਸੀਗਾ, 1,00,000 ਤੋਂ ਉੱਪਰ ਗੱਡੀ ਚੱਲ ਚੁੱਕੀ ਹੈ ਅਤੇ ਬਲੈਕ ਸਮੋਕ ਬਿਲਕੁਲ ਖਤਮ ਹੋ ਚੁੱਕਿਆ। ਅਤੇ ਜੇ ਤੁਸੀਂ ਵੀ ਆਪਣੀ ਗੱਡੀ ਨੂੰ ਡੀਕਾਰਬਨਾਈਜੇਸ਼ਨ ਕਰਾਉਣਾ ਚਾਹੁੰਦੇ ਹਾਂ ਤਾਂ ਸਾਡੇ ਅਲੱਗ ਅਲੱਗ ਬ੍ਰਾਂਚਾਂ ਜਿਵੇਂ ਕਿ ਲੁਧਿਆਣਾ, ਖੰਨਾ, ਦਰਾਹਾ, ਜਲੰਧਰ ਅਤੇ ਖਰੜ ਵਿੱਚ, ਅਤੇ ਇੱਕ ਦਿੱਲੀ ਦੇ ਵਿੱਚ ਵੀ ਬ੍ਰਾਂਚ ਓਪਨ ਹੋਈ ਹੋਈ ਹੈ, ਅਤੇ ਉਹਦਾ ਦਾ ਨੰਬਰ ਤੁਹਾਨੂੰ ਸਕਰੀਨ 'ਤੇ ਸ਼ੋਅ ਕਰਨਗੇ, ਤੁਸੀਂ ਕਾਲ ਕਰਕੇ ਜਾਂ ਮਰਜ਼ੀ ਆਪਣੀ ਅਪੁਆਇੰਟਮੈਂਟ ਬੁੱਕ ਕਰਾ ਸਕਦੇ ਹੋ। ਧੰਨਵਾਦ ਜੀ ਸਾਰਿਆਂ ਦਾ।